ਦੋ ਤਿੰਨ ਦਿਨ ਤੋਂ ਬਹੁਤ ਚਰਚਾ ਚੱਲ ਰਹੀ ਹੈ ਕਿ ਜਿਸ ਟਾਈਮ ਅਸੀਂ ਸਾਰੇ ਲੋਕ ਆਮ ਆਦਮੀ ਪਾਰਟੀ ਦਾ ਮੈਂ ਜਾਂ ਮੇਰੇ ਵੱਡੇ ਭਾਈ ਸੁਸ਼ੀਲ ਕੁਮਾਰ ਕੁਝ ਹਿੱਸਾ ਸੀ, ਅਸੀਂ ਬਹੁਤ ਹੀ ਚੰਗੇ ਇਨਸਾਨ ਸੀ, ਦੋਧੇ ਧੋਤੇ ਸੀ, ਅੱਜ ਰਾਤੋ ਰਾਤ ਹੀ ਅਸੀਂ ਲੋਕ ਬੇਈਮਾਨ ਲੋਟਸ ਦੇ ਅੰਦਰ ਪੈਸਿਆਂ ਦੇ ਲਾਲਚ ਦੇ ਲਈ ਉਹਨਾਂ ਲੋਕਾਂ ਦੀ ਸੋਚ ਨਾਲ ਅਸੀਂ ਚਲੇ ਗਏ। ਮੈਂ ਸਭ ਤੋਂ ਪਹਿਲੇ ਅੱਜ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿੰਨਾ ਉਹਨਾਂ ਦੇ ਨਾਲ ਅਸੀਂ ਕੰਮ ਕੀਤਾ ਤੇ ਉਹਨਾਂ ਨੇ ਆਪਣੀ ਨਲੈਕੀ ਨਹੀਂ ਫੜੀ ਆਪਣੇ ਕੰਮ ਦੇ ਵਿੱਚ। ਹਮੇਸ਼ਾ ਘਰ ਦਾ ਮੁਖੀਆ ਉਹ ਹੁੰਦਾ ਕਿ ਜਿਸ ਟਾਈਮ ਘਰ ਦੇ ਵਿੱਚ ਦਰਾਰ ਪੈਣ ਲੱਗੀ ਹੋਵੇ, ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਆਉਣ ਲੱਗੀ ਹੋਵੇ ਤੇ ਘਰ ਦਾ ਮੁਖੀਆ ਦੇਖਦਾ ਕਿ ਕਿਹੜੇ ਪਾਸੋਂ ਇਸ ਚੀਜ਼ ਦੀ ਕਮੀ ਹੈ। ਅਸੀਂ ਲੋਕ 2021 ਦੇ ਵਿੱਚ ਆਮ ਆਦਮੀ ਪਾਰਟੀ, ਮੈਂ ਤੇ ਮੇਰੇ ਪਰਿਵਾਰ ਮੇਰੇ ਸਾਥੀਆਂ ਨੇ ਜੁਆਇਨ ਕੀਤੀ ਇੱਕ ਬਹੁਤ ਵੱਡੇ ਬਦਲਾਵ ਦੇ ਰੂਪ ਚ। ਜਿੱਦਾਂ ਇਹ ਲੋਕ ਗੱਲਾਂ ਕਰਦੇ ਸੀ ਆਮ ਆਦਮੀ ਪਾਰਟੀ ਦੇ ਲੋਕ ਕਿ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਵਿਸਤ੍ਰਿਤ ਦਿਖਾਵਾਂਗੇ, ਅਸੀਂ ਲੋਕ ਵੀ ਉਹਨਾਂ ਦੀ ਗੱਲਾਂ ਦੇ ਵਿੱਚ ਆ ਗਏ, ਕਿਉਂਕਿ ਜੋ ਪ੍ਰਿੰਟ ਬਲੂ ਪ੍ਰਿੰਟ ਉਹਨਾਂ ਦੇ ਹੱਥ ਦੇ ਵਿੱਚ ਸੀ, ਅਗਰ ਉਸ ਚੀਜ਼ ਨੂੰ ਦੇਖਿਆ ਜਾਵੇ ਤੇ ਅੱਜ ਹਰ ਬੰਦਾ ਇਦਾਂ ਦਾ ਪੰਜਾਬ ਦਾ ਸੁਪਨਾ ਦੇਖਦਾ ਹੈ ਜਿੱਦਾਂ ਦਾ ਸੁਪਨਾ ਇਹਨਾਂ ਨੇ ਦਿਖਾਇਆ। ਅਸੀਂ ਲੋਕ ਉਸੇ ਹੀ ਲਾਲਚ ਦੇ ਵਿੱਚ, ਉਸੇ ਹੀ ਗੁੰਮਰਾਹ ਦੇ ਵਿੱਚ, ਮੈਂ ਤੇ ਮੇਰੇ ਸਾਥੀ ਆ ਕੇ 2021 ਆਮ ਆਦਮੀ ਜੁਆਇਨ ਕਰ ਗਏ। 2022 ਦੇ ਵਿੱਚ ਜਲੰਧਰ ਵੈਸਟ ਲੋਕਾਂ ਨੇ ਮੇਰੇ ਉੱਤੇ, ਮੇਰੇ ਪਰਿਵਾਰ ਉੱਤੇ, ਮੇਰੇ ਸਾਥੀਆਂ ਉੱਤੇ ਵਿਸ਼ਵਾਸ ਕੀਤਾ, ਸਾਨੂੰ MLA ਬਣਾਇਆ। ਅਸੀਂ ਬੜੀ ਉਮੀਦ ਦੇ ਨਾਲ ਵਿਧਾਨ ਸਭਾ ਦੇ ਵਿੱਚ ਗਏ, ਜਾ ਕੇ ਉਸ ਧਰਤੀ ਨੂੰ ਚੁੰਮਿਆ ਜਿੱਥੇ ਪੰਜਾਬ ਦੀ ਸਭ ਤੋਂ ਵੱਡੀ ਪੰਚਾਇਤ ਹੈ, ਕਿ ਮੈਂ ਲੋਕਾਂ ਦੀ ਇੱਥੇ ਗੱਲ ਰੱਖਣ ਆਊਂਗਾ ਕਿਉਂਕਿ ਮੈਂ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਹਾਂ, ਮੈਂ ਦਲਿਤ ਪਰਿਵਾਰ ਦਾ ਬੱਚਾ ਹਾਂ, ਕਿ ਮੇਰੇ ਜਿਹੜੇ ਲੋਕ ਆ, ਮੇਰੇ ਜਿਹੜੇ ਪਰਿਵਾਰ ਦੇ ਮੈਂਬਰ ਉੱਥੇ ਰਹਿੰਦੇ ਜਲੰਧਰ ਦੇ ਵਿੱਚ, ਉਹ ਬੜੀ ਮਾੜੀ ਹਾਲਾਤਾਂ ਦੇ ਵਿੱਚ ਲੋਕ ਘਰ ਦਾ ਗੁਜ਼ਾਰਾ ਕਰ ਪਾਉਂਦੇ ਆ। ਮੈਨੂੰ ਬੜੀ ਆਸ ਸੀ ਕਿ ਜਿਹੜੀ ਇਹ ਸਰਕਾਰ ਆਈ ਹੈ ਇਹ ਦਲਿਤਾਂ ਦੀ, ਪੰਚਤਾਂ ਦੀ, ਪਿਛੜਿਆਂ ਦੀ ਇਹ ਗੱਲ ਕਰੂਗੀ, ਪਰ ਜਿਸ ਟਾਈਮ ਵਿਧਾਨ ਸਭਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਗੱਲ ਰੱਖਣ ਦੀ, ਸਾਨੂੰ ਟੋਕਿਆ ਜਾਂਦਾ ਸੀ। ਸਾਨੂੰ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਮਰਜ਼ੀ ਦੇ ਨਾਲ ਬੋਲਣ ਦਾ ਜਿਹੜਾ ਅਧਿਕਾਰ ਸੀ, ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਬੋਲ ਸਕਦੇ ਸੀ। ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਬਿਆਨਬਾਜ਼ੀ ਤੁਹਾਨੂੰ ਮੀਡੀਆ ਦੇ ਭਰਾਵਾਂ ਨੂੰ ਨਹੀਂ ਦੇ ਸਕਦੇ ਸੀ। ਜੋ ਬਿਆਨਬਾਜ਼ੀ ਸਾਨੂੰ ਪ੍ਰਿੰਟ ਕਰਕੇ ਆਈ ਜਾਂਦੀ ਸੀ ਸਾਡੇ ਮੋਬਾਈਲਾਂ ਦੇ ਉੱਤੇ, ਉਹ ਸਾਨੂੰ ਮੀਡੀਆ ਦੇ ਵਿੱਚ ਲੈ ਕੇ ਦਿੱਤੀ ਜਾਂਦੀ ਸੀ। ਉਸ ਦੇ ਐਵੀਡੈਂਸ, ਉਸ ਦੇ ਪ੍ਰੂਫ ਮੈਂ ਪੂਰੀ ਮੀਡੀਆ ਨੂੰ ਦੇ ਸਕਦਾ। ਪਰ ਮੈਂ ਅੱਜ ਇੱਕ ਗੱਲ ਕਵਾਂਗਾ ਲਾਸਟ ਦੇ ਉੱਤੇ, ਇਹ ਨਹੀਂ ਆ ਮੈਂ ਉਸ ਪਾਰਟੀ ਦੇ 24 ਮਹੀਨੇ ਕੰਮ ਕੀਤਾ, 25 ਮਹੀਨੇ ਅੱਜ ਉਹ ਪਾਰਟੀ ਨੂੰ ਮੈਂ ਛੱਡ ਕੇ ਆ ਗਿਆ। ਪਰ ਮੈਂ ਲਾਸਟ ਵਾਰ ਕੱਲ ਸੰਦੀਪ ਪਾਠਕ ਜੀ ਦੇ ਮੈਨੂੰ ਬਹੁਤ ਵਾਰ ਕਾਲ ਆਈ, ਉਹਨਾਂ ਦੇ ਨਾਲ ਮੈਂ ਗੱਲ ਵੀ ਕੀਤੀ, ਉਹਨਾਂ ਦੇ ਮੈਂ ਰਿਸਪੈਕਟ ਕਰਦਾ ਆਪਣੇ ਵੱਡੇ ਭਰਾ ਤੋਂ ਵੀ ਜ਼ਿਆਦਾ। ਪਰ ਮੈਂ ਉਹਨਾਂ ਦੇ ਮਾਧਵ ਦੇ ਨਾਲ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਕੱਲ 100-150 ਲੋਕਾਂ ਨੇ ਪੂਰੇ ਦਬਾਬੇ ਦੇ ਵਿੱਚੋਂ 5 ਘੰਟੇ ਦੇ ਇਕੱਠੇ ਕਰਕੇ ਤੁਸੀਂ ਜਿਹੜੀ ਸ਼ਰਾਰਤ ਕੀਤੀ ਏ, ਇਹ ਸ਼ਰਾਰਤ ਦੁਬਾਰਾ ਨਾ ਕਰੀਓ, ਨਹੀਂ ਤੇ ਉਹ ਮੈਂ ਨੰਗਾ ਚਿਹਰਾ ਕਰਾਂਗਾ ਆਮ ਆਦਮੀ ਪਾਰਟੀ ਦਾ। ਕਿੱਦਾਂ ਮੀਡੀਆ ਨੂੰ ਪੰਜਾਬ ਦੇ ਵਿੱਚ ਯੂਜ਼ ਕੀਤਾ ਜਾ ਰਿਹਾ, ਕਿੱਦਾਂ ਮੀਡੀਆ ਦੇ ਲੋਕਾਂ ਨੂੰ ਕਿਹਾ ਜਾਂਦਾ ਅੱਜ ਇਹਦਾ ਚੈਨਲ ਬੰਦ ਕਰ ਦਿਓ, ਅੱਜ ਇਹਦੇ ਚੈਨਲ ਤੇ ਬਾਈਟ ਨਹੀਂ ਦੇਣੀ, ਕੱਲ ਕਿਹਾ ਜਾਂਦਾ ਇਹਦੇ ਚੈਨਲ ਤੇ ਬਾਈਟ ਚਾਲੂ ਕਰ ਦਿੱਤੀ ਜਾਵੇ। ਇੱਕ ਇੱਕ ਚੀਜ਼ ਦਾ ਪ੍ਰੂਫ, ਇੱਕ ਇੱਕ ਚੀਜ਼ ਦਾ ਐਵੀਡੈਂਸ ਮੇਰੇ ਕੋਲ ਹੈ ਦੋਸਤੋ। ਪਰ ਇੱਕ ਮੌਕਾ ਦੇਵਾਂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ, ਕਹਿਣਾ ਚਾਹੁੰਦਾ ਕਿ ਜੋ ਤੁਸੀਂ ਪੰਜਾਬ ਦੇ ਨਾਲ ਧੋਖਾ ਕੀਤਾ ਹੈ, ਅੱਜ ਉਸ ਪੰਜਾਬ ਨੂੰ ਸੁਧਾਰੋ, ਸਾਨੂੰ ਚੈਲੇ ਨਾ ਕਰੋ, ਸਾਨੂੰ ਨਾ ਕਹੋ ਕਿ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗਰਾਲ ਅੱਜ ਪੈਸਿਆਂ ਦੇ ਲਈ ਵਿਕ ਗਏ ਹੈ। ਜੇ ਪੈਸਿਆਂ ਦੇ ਖਾਤਿਰ ਅਸੀਂ ਸਮਾਜ ਦੇ ਵਿੱਚ ਜਾਣਾ ਹੁੰਦਾ ਲੋਕਾਂ ਦੇ ਵਿੱਚ, ਤੇ ਸਾਨੂੰ ਬੜੀ ਦੁਨੀਆਂ ਦੀ ਬਹੁਤ ਵੱਡੀਆਂ ਵੱਡੀਆਂ ਆਫਰਾਂ ਸੀ,
ਅਸੀਂ ਉਸ ਟਾਈਮ ਨਹੀਂ ਵਿਕੇ। ਸਿਰਫ ਤੇ ਸਿਰਫ ਆਪਣੇ ਲੋਕਾਂ ਦੀ ਲੜਾਈ ਲੜਨ ਦੇ ਲਈ, ਆਪਣੇ ਪਰਿਵਾਰਾਂ ਦੀ ਲੜਾਈ ਲੜਨ ਦੇ ਲਈ ਅਸੀਂ ਲੋਕਾਂ ਨੇ ਇਹ ਤਿਆਗ ਕੇ ਸੋਚਿਆ ਕਿ ਸ਼ਾਇਦ ਇਹ ਲੋਕ ਪੰਜਾਬ ਦੇ ਹਿੱਤ ਦੇ ਲਈ ਕੰਮ ਕਰਨਗੇ। ਮੈਂ ਲਾਸਟ ਤੁਸੀਂ ਪੁੱਛ ਲਿਓ, ਮੈਂ ਮਿਸ਼ਨ ਲੋਟਸ ਦੀ ਗੱਲ ਕਰਨਾ ਚਾਹੁੰਦਾ। ਮਿਸ਼ਨ ਲੋਟਸ ਦੇ ਲਈ ਨਵੰਬਰ ਦੇ ਵਿੱਚ ਸਾਨੂੰ ਇੱਕ ਕੋਠੀ ਦੇ ਵਿੱਚ ਬੁਲਾਇਆ ਜਾਂਦਾ, ਸਵੇਰੇ 9:14 ਤੇ ਮੈਂ ਉਸ ਕੋਠੀ ਦੇ ਵਿੱਚ ਪਹੁੰਚਦਾ। ਸੀਐਮ ਸਾਹਿਬ ਤੂੰ 2 ਕੋਠੀਆਂ ਪਹਿਲੇ, ਤੁਸੀਂ ਸਮਝਦਾਰ ਹੋ, ਤੁਸੀਂ ਬਹੁਤ ਤੋਂ ਬਹੁਤ ਜ਼ਿਆਦਾ ਸਮਝਦਾਰ ਹੋ। ਉਹਨਾਂ ਕੋਠੀ 'ਚ 9:14 ਤੇ ਮੈਂ ਪਹੁੰਚਦਾ। 9:13 ਤੇ ਮੇਰੀ ਕਾਰ ਦੀ ਜਿਹੜੀ ਲੋਕੇਸ਼ਨ ਹੈ ਉਸ ਕੋਠੀ ਦੀ ਹੈ। ਉਸ ਕੋਠੀ ਦੇ ਵਿੱਚ ਮੇਰੇ ਤੋਂ ਇਲਾਵਾ ਹੋਰ 11 MLA ਬੈਠੇ ਹੋਏ ਸੀ। ਅਸੀਂ ਕੋਈ ਵੀ ਮਿਸ਼ਨ ਲੋਟਸ ਦੇ ਲਈ ਜਿਹੜੇ ਫੋਨ ਕਰਵਾਏ ਗਏ ਸਾਨੂੰ, ਸਿਰਫ ਤੇ ਸਿਰਫ 3 MLA ਨੂੰ ਫੋਨ ਆਏ ਸੀ। ਇਹਨਾਂ ਨੇ 10 MLA ਤਿਆਰ ਕੀਤੇ। ਤੁਸੀਂ ਜਾ ਕੇ DGP ਸਾਹਿਬ ਨੂੰ ਕਹੋ ਸਾਨੂੰ ਮਿਸ਼ਨ ਲੋਟਸ ਦੀ ਕੋਲ ਆ ਰਹੀ ਹੈ। ਉੱਥੇ ਕਈ MLA ਨੇ ਵਿਰੋਧ ਕੀਤਾ। ਮੈਂ ਉਹਨਾਂ ਦੇ ਜਿਹੜੀ ਅਜੇ ਕੋਈ ਗੱਲ ਜਾਗਰੂਕ ਨਹੀਂ ਕਰਾਂਗਾ। ਜੇ ਲੋਕ ਨਹੀਂ ਮੁੜਨਗੇ ਉਹਨਾਂ ਦੀ ਵੀ ਐਵੀਡੈਂਸ ਤੁਹਾਡੇ ਵਿੱਚ ਲੈ ਕੇ ਆਵਾਂਗਾ ਕਿ ਉੱਥੇ 1.5 ਘੰਟਾ ਸਾਨੂੰ ਪਾਠ ਪੜਾਇਆ ਗਿਆ, ਸਾਨੂੰ ਨਾਸ਼ਤਾ ਕਰਾਇਆ ਗਿਆ। ਉਹਦੇ ਤੋਂ ਬਾਅਦ 10:30 DGP ਸਾਹਿਬ ਕੋਲ ਤੇ 39 ਸੈਕਟਰ ਦੇ ਪਾਰਟੀ ਆਫਿਸ ਦੇ ਵਿੱਚ ਸਾਡੇ ਕੋਲ MLA ਕੋਲ ਪ੍ਰੈਸ ਕਾਨਫਰੰਸ ਕਰਾਈ ਗਈ। ਉਹਨਾਂ ਵਿੱਚ ਕਈ MLA ਡਰੇ ਹੋਏ ਸੀ ਕਿ ਅਸੀਂ ਐਡੀ ਵੱਡੀ ਸਰਕਾਰ ਦੇ ਨਾਲ ਪੰਗਾ ਨਹੀਂ ਲੈ ਸਕਦੇ, ਸੈਂਟਰਲ ਗੌਰਮੈਂਟ ਨਾਲ ਪੰਗਾ ਨਹੀਂ ਲੈ ਸਕਦੇ। ਇਹ ਲੋਕ ਕਹਿੰਦੇ ਤੁਸੀਂ ਚੁੱਪ ਰਹਿਣਾ, ਸਾਰੀ ਜਿਹੜੀ ਭੂਮਿਕਾ ਹੈ ਉਹ ਚੀਮਾ ਸਾਹਿਬ ਨਿਭਾਉਣਗੇ। ਇਸ ਕਰਕੇ ਮੈਂ ਉਹਨਾਂ ਪਾਰਟੀ ਦੇ ਲੋਕਾਂ ਨੂੰ ਕਹਿੰਦਾ ਮੇਰਾ ਮੂੰਹ ਬੰਦ ਰਹਿਣ ਦਿਓ। ਤੁਹਾਡੇ ਕਾਲੇ ਚਿੱਠੇ ਮੇਰੇ ਫੋਨ ਦੇ ਵਿੱਚ ਹੈ। ਜੇ ਤੁਸੀਂ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਮਰਵਾ ਦਿੱਤਾ ਤੇ ਸ਼ਾਇਦ ਤੁਸੀਂ ਇਸ ਚੀਜ਼ ਤੁਹਾਡੇ ਤੱਕ ਨਹੀਂ ਪਹੁੰਚ ਸਕੇਗੀ, ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਇਹ ਜਿਹੜੀ ਚੀਜ਼ ਹੈ ਸਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿੰਨੇ ਮੇਰੇ ਕੋਲ ਐਵੀਡੈਂਸ ਹੈ, ਮੈਂ ਆਪਣੀ ਮੇਲ ਦੇ ਮਾਧਿਅਮ ਦੇ ਨਾਲ ਕਿਸੇ ਨਾ ਕਿਸੇ ਪਰਿਵਾਰ ਦੇ ਸਦੱਸ ਨੂੰ ਦੇ ਕੇ ਜਾਵਾਂਗਾ ਕਿ ਜੇ ਮੈਨੂੰ ਮਰਵਾ ਵੀ ਦੇਣ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਜਿਹੜੇ ਪ੍ਰੂਫ ਹੈ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਇਹ ਸਿਆਸਤ ਚਲਾ ਰਹੇ ਹੈ, ਕਿੱਦਾਂ ਮਿਸ਼ਨ ਲੋਟੋ ਚਲਾ ਰਹੇ ਹੈ, ਕਿੱਦਾਂ ਇਹ ਲੋਕ ਅੱਜ ਉਹਨਾਂ ਗਰੀਬਾਂ ਦੇ ਨਾਲ ਜਿਹੜੇ ਮੈਂ ਵਾਅਦੇ ਕਰਕੇ ਆਇਆ ਸੀ 2021 ਦੇ ਵਿੱਚ। ਮੇਰੇ ਤੁਸੀਂ ਇਲੈਕਸ਼ਨ ਦੀ ਇੱਕ ਇੱਕ ਵੀਡੀਓ ਦੇਖ ਲਓ। ਮੈਂ ਇਲੈਕਸ਼ਨ ਲੜਿਆ ਕਿ ਮੈਂ ਲਾਟਰੀ ਆਪਣੇ ਹਲਕੇ ਦੇ ਵਿੱਚੋਂ ਪੈਦਾ ਨਹੀਂ ਹੋਣ ਦਿਆਂਗਾ, ਸ਼ਰਾਬ ਮਾਫੀਆ ਨੂੰ ਆਪਣੇ ਹਲਕੇ 'ਚ ਪੈਦਾ ਨਹੀਂ ਹੋਣ ਦਿਆਂਗਾ। ਅੱਜ ਤੂੰ 16 ਦਿਨ ਪਹਿਲੇ ਮੈਨੂੰ ਜਲੰਧਰ ਦੇ ਵਿੱਚ ਧਰਨਾ ਲਗਾਉਣਾ ਪਿਆ, ਕਿਸੇ ਵੀ ਸਰਕਾਰ ਦੇ ਨੁਮਾਇੰਦੇ ਦਾ ਮੈਨੂੰ ਫੋਨ ਨਹੀਂ ਆਇਆ ਕਿ ਅੱਜ 200 ਦੁਕਾਨਾਂ ਜਲੰਧਰ ਦੇ ਵਿੱਚ ਲਾਟਰੀ ਦੀਆਂ ਖੁੱਲ ਚੁੱਕੀਆਂ। ਤੇ ਜਿਸ ਟਾਈਮ ਮੈਂ ਕੋਸ਼ਿਸ਼ ਕੀਤੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਣ ਦੀ ਜਾਂ ਹੋਰ ਅਧਿਕਾਰੀਆਂ ਨੂੰ, ਕਿਸੇ ਨੇ ਮੇਰੀ ਬਾਂਹ ਨਹੀਂ ਫੜੀ। ਕਹਿੰਦੇ ਉਹ ਉਤਲੇ ਘਰੋਂ ਚੂ ਵੱਡੇ ਘਰਾਂ ਚੂ ਕੰਮ ਹੈ ਇਹ ਲਾਟਰੀਆਂ ਦੇ ਜਿਹੜੇ ਸਟਾਲ ਖੋਲਣ ਦੇ ਲਈ, ਜਿਹਦਾ ਐਵੀਡੈਂਸ ਵੀ ਮੇਰੇ ਕੋਲ ਪੁਖਤਾ ਸਬੂਤ ਦੇ ਤੌਰ ਤੇ ਮੇਰੇ ਕੋਲ ਐਵੀਡੈਂਸ ਹੈ। ਮੈਨੂੰ 2 ਦਿਨ ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਨੁਮਾਇੰਦੇ ਮੈਨੂੰ ਕਾਲ ਕਰਦੇ ਰਹੇ, 10 ਲੱਖ ਲੈ ਲੈ, 15 ਲੱਖ ਲੈ ਲੈ, 12 ਲੱਖ ਲੈ ਲੈ, ਇਹ ਜਿਹੜੀ ਲਾਟਰੀ ਹੈ ਇਹਨੂੰ ਚੱਲਣ ਦੇ, ਇਹ ਲਾਟਰੀ ਬੰਦ ਨਹੀਂ ਹੋਣੀ, ਇਹ ਲਾਟਰੀ ਪੰਜਾਬ ਸਰਕਾਰ ਦੇ ਦਫ਼ਤਰੋਂ ਚੱਲ ਰਹੀ ਹੈ। ਉਸ ਗੱਲ ਦਾ ਪ੍ਰੂਫ ਵੀ ਮੈਂ, ਜੇ ਜ਼ਰੂਰਤ ਪਵੇ ਮੁੱਖ ਮੰਤਰੀ ਸਾਹਿਬ ਮੇਰੇ ਕੋਲ ਇਸ ਗੱਲ ਦੇ ਜੇ ਪ੍ਰੂਫ ਚਾਹੁੰਦੇ ਆ ਮੈਂ ਉਹਨਾਂ ਤੱਕ ਵੀ ਭੇਜ ਸਕਦਾ, ਪਰ ਪੰਜਾਬ ਦੇ ਲੋਕਾਂ ਦੇ ਲਈ ਜੋ ਵਾਅਦੇ ਕੀਤੇ ਆ ਅਸੀਂ ਉਹਦੇ 'ਤੇ ਖਰਾ ਉਤਰੀਏ। ਅੱਜ ਦਲਿਤਾਂ ਗਰੀਬਾਂ ਦੀ ਗੱਲ ਕਰੀਏ, ਅੱਜ ਉਹਨਾਂ ਦਲਿਤਾਂ ਨਾਲ ਜਿਹੜੇ ਅਸੀਂ ਵਾਅਦੇ ਕਰਕੇ ਆਏ ਹਾਂ ਉਹਨੂੰ ਪੂਰਾ ਕਰੀਏ। ਇਸ ਕਰਕੇ ਇਹ ਅੱਜ ਬਹੁਤ ਕੁਛ ਕਹਿਣਗੇ, ਮੇਰੇ ਉੱਤੇ ਕੋਈ ਮੁਕੱਦਮਾ ਨਹੀਂ ਹੈ, ਅੱਜ ਮੇਰੇ 'ਤੇ 3 ਮੁਕੱਦਮੇ ਹੈ,
ਸਿਰਫ ਤੇ ਸਿਰਫ ਰਾਜਨੀਤੀ ਜਿਹੜੇ ਦੋ ਮੁਕੱਦਮੇ ਪਿਛਲੀ ਸਰਕਾਰ ਦੇ ਧਰਨੇ ਦੇ, ਇੱਕ ਮੇਰੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਮਾਧਿਅਮ ਦਿੱਤਾ, ਜਿਹੜੇ ਮੁਕੱਦਮੇ ਮੇਰੇ ਤੇ ਦਰਜ ਸੀ ਭਾਜੀ, ਉਹ ਸਾਰੇ ਮੁਕੱਦਮਿਆਂ ਦੇ ਵਿੱਚੋਂ ਮੈਂ ਕੋਰਟ ਦੇ ਵਿੱਚੋਂ ਬਰੀ ਹੋਇਆ। ਕੋਈ ਵੀ ਇੱਕ ਐਵੀਡੈਂਸ ਜਿਹੜਾ ਮੇਰੇ ਖਿਲਾਫ ਪ੍ਰੂਫ ਨਹੀਂ ਹੋ ਸਕਿਆ, ਉਹਨਾਂ ਸਾਰਿਆਂ ਦੇ ਜਿਹੜੇ ਡਾਕੂਮੈਂਟ ਹੈ ਤੁਹਾਨੂੰ ਮੈਂ ਪੇਸ਼ ਕਰ ਦਿਆਂਗਾ। ਪਰ ਮੈਂ ਇਹਨਾਂ ਨੂੰ ਇੱਕ ਵਾਰ ਤੁਹਾਡੇ ਮਾਧਿਅਮ ਤੇ ਕਹਿਣਾ ਚਾਹੁੰਦਾ, ਆਮ ਆਦਮੀ ਪਾਰਟੀ ਜਲੰਧਰ ਦੀ ਲੀਡਰਸ਼ਿਪ ਨੂੰ, ਕਿ ਮੈਨੂੰ ਬੋਲਣ ਤੋਂ ਮਜਬੂਰ ਨਾ ਕਰੀਓ। ਮੈਂ ਇੱਕ ਇੱਕ ਪਾਰਟੀ ਦੇ ਇੱਕ ਇੱਕ ਸਰਕਾਰ ਦੇ ਨੁਮਾਇੰਦੇ ਦੇ ਮੇਰੇ ਕੋਲ ਬਹੁਤ ਵੱਡੇ ਵੱਡੇ ਚਿੱਠੇ ਹੈ, ਜੇ ਜ਼ਰੂਰਤ ਪੈ ਗਈ ਤੇ ਤੁਹਾਨੂੰ ਲੋਕ ਗਲੀ ਚ ਨਹੀਂ ਵੜਨ ਦੇਣਗੇ, ਗਲੀ ਚ ਲੋਕਾਂ ਦੇ ਕੋਲ ਜੇ, ਕਿਉਂਕਿ ਲੋਕਾਂ ਦੇ ਕੋਲ ਸੱਚਾਈ ਦੀ ਕਚਹਿਰੀ ਆਉਣ ਵਾਲੀ ਹੈ। ਲੋਕ ਜੇ ਚੰਗਾ ਕੰਮ ਤੁਸੀਂ ਕੀਤਾ ਹੋਏਗਾ, ਲੋਕ ਵੋਟ ਤੁਹਾਨੂੰ ਦੇ ਦੇਣਗੇ, ਨਹੀਂ ਤੇ ਲੋਕ ਵੋਟ ਭਾਰਤੀ ਜਨਤਾ ਪਾਰਟੀ ਨੂੰ। ਜੇ ਉਹ ਕੇਂਦਰ ਦੇ ਵਿੱਚ ਦੇਸ਼ ਦਾ ਗਰੀਬਾਂ ਦਾ ਮੁਸੀਹਾ, ਅੱਜ ਦੇਸ਼ ਦਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੇ ਕੰਮ ਕਰ ਰਿਹਾ, ਤੇ ਉਹ ਲੋਕ ਉਹਨੂੰ ਵੋਟ ਦੇ ਦੇਣਗੇ। ਇਸ ਕਰਕੇ ਦਬਾਅ ਦੀ ਰਾਜਨੀਤੀ ਉੱਡਦੇ ਹੋਏ ਪੁਲਿਸ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ ਬਹੁਤ ਜ਼ਿਆਦਾ, ਮੇਰੇ ਕੋਈ ਪੁਲਿਸ ਦੀ ਕੋਈ ਗਵਾਹੀ ਨਹੀਂ, ਮੈਂ ਕੋਰਟ ਚ ਬਰੀ ਹੋਇਆ, ਅਦਾਲਤ ਦਾ ਕੁੰਡਾ ਖੜਕਾਇਆ, ਅਦਾਲਤ ਮੇਰੇ ਤੇ ਕੋਈ ਮੁਕੱਦਮਾ ਨਹੀਂ ਅੱਜ ਦੀ ਡੇਟ। ਜੇ ਕੋਈ ਵੀ ਬੰਦਾ ਮੇਰੇ ਤੇ ਇਸ ਦੀ ਚੀਜ਼ ਦਾ ਇਲਜ਼ਾਮ ਲਗਾਏਗਾ, ਕਾਨੂੰਨੀ ਕਾਰਵਾਈ ਕਰਾਂਗਾ ਉਹਦੇ ਖਿਲਾਫ।